देश की राज्यसभा दे विच पंजाब दे कोटे दीयां खाली हुईयां पंज राज्यसभा सीटां दे लई आउण वाली 31 मार्च नूं चोणां करवाईयां जाणगीयां, जिस दे लई अज नामजदगियां भरन की आखिरी तरीक है। सूबे की सत्ता धिर आम आदमी पार्टी ने अपने सारे पंज उम्मीदवारां दे नामां दा ऐलान कर दिता है, जिन्हां दे विच संदीप पाठक, राघव चड्डा, हरभजन सिंह, अशोक मित्तल अते संजीव अरोड़ा दा नाम शामिल है। ਇਹਨਾਂ ਉਮੀਦਵਾਰਾਂ ਦੇ ਵਿੱਚ 2 ਉਮੀਦਵਾਰ ਪੰਜਾਬ ਤੋਂ ਬਾਹਰ ਦੇ ਨੇ, ਜਦੋਂ ਕਿ 3 ਉਮੀਦਵਾਰ ਪੰਜਾਬ ਦੇ ਨਾਲ ਹੀ ਸੰਬੰਧਿਤ ਨੇ। ਹੁਣ ਇਹਨਾਂ ਉਮੀਦਵਾਰਾਂ ਦੁਆਰਾ ਰਾਜ ਸਭਾ ਦੇ ਲਈ ਆਪਣੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਗਏ ਨੇ, ਜਿਨ੍ਹਾਂ ਦੀਆਂ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ। ਪੰਜਾਬ ਦੇ ਵਿੱਚ ਭਾਰੀ ਬਹੁਮਤ ਦੀ ਵਜ੍ਹਾ ਦੇ ਨਾਲ ਇਹਨਾਂ ਸਾਰੇ ਨਾਮਾਂ ਦਾ ਰਾਜ ਸਭਾ ਦੇ ਵਿੱਚ ਜਿੱਤਣਾ ਤੈਅ ਮੰਨਿਆ ਜਾ ਰਿਹਾ ਹੈ। ਹੁਣ ਰਸਮੀ ਤੌਰ ਤੇ ਇਹਨਾਂ ਉਮੀਦਵਾਰਾਂ ਨੂੰ ਰਾਜ ਸਭਾ ਜਾਣ ਦੇ ਲਈ 31 ਮਾਰਚ ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ। ਬਿਊਰੋ ਰਿਪੋਰਟ, ਪੰਜਾਬੀ ਲੁੱਕ ਚੈਨਲ।